ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਕੁਮਾਰੀ ਸ਼ੈਲਜਾ ਜੀ, ਆਪ ਜੀ ਕੱਲ੍ਹ ਤੋਂ ਲੈ ਕੇ ਸਾਧ ਸੰਗਤ ਇਹ ਵਿਸਾਖੀ ਦਾ ਪੁਰਬ ਮਨਾ ਰਹੇ ਹੋ, ਜਿਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਇਹੋ ਪੁਰਬ ਹੈ ਕਿ ਜਦੋਂ ਦਸਵੇਂ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਖਾਲਸਾ ਪੰਥ ਸਾਜਿਆ, ਅਤੇ ਫਿਰ ਉਹੋ ਹੀ ਖਾਲਸਾ ਪੰਥ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਮੁੜ ਸੰਤ ਖਾਲਸੇ ਦੇ ਰੂਪ ਵਿੱਚ ਸੁਰਜੀਤ ਕੀਤਾ। ਮਨ ਵਿੱਚ ਬੈਠੇ ਬੈਠੇ ਵਿਚਾਰ ਆ ਰਿਹਾ ਸੀ ਕਿ ਜੇ ਅਸੀਂ ਆਦਿ ਗੁਰੂਆਂ ਦੀ ਗੁਰਬਾਣੀ ਦੇਖੀਏ ਅਤੇ ਸੱਚੇ ਪਾਤਸ਼ਾਹ ਬਹੁਤ ਜਗ੍ਹਾ ਮਨ ਦਾ ਮਾਨ ਛੱਡਣ ਦੀ ਗੱਲ ਕੀਤੀ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਸ ਭਾਗੋ। ਅੱਜ ਸਵੇਰੇ ਵੀ ਪੜ੍ਹਨ ਰਹੇ ਸੀ, ਸੁਣੋ ਸੁਹੇਰੀ ਮਿਲਣ ਬਾਤ ਕਹੋ, ਸਗਲਾ ਅਹੰਗ ਤਿਆਗੋ, ਘਰ ਹੀ ਲਾਲਨ ਪਾਓ। ਸੋ ਇੱਕ ਦੂਸਰੇ ਰੂਪ 'ਚ ਮੈਂ ਜੇ ਕਹਾਂ ਤਾਂ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ ਸਾਰੀ ਆਈਡੈਂਟੀ ਤੋੜ ਕੇ ਇੱਕ ਹੀ ਆਈਡੈਂਟੀ ਸੀ, ਇੱਕ ਹੀ ਪਹਿਚਾਣ ਸੀ ਕਿ ਇੱਕ ਨਿਰੰਕਾਰ ਨੂੰ ਅਸੀਂ ਨਮਸਕਾਰ ਕਰਦੇ ਹਾਂ, ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ, ਇੱਕ ਨਿਰੰਕਾਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ, ਸਿਰਫ ਇੱਕ ਨਿਰੰਕਾਰ ਨੂੰ ਨਮਸਕਾਰ ਕਰਦੇ ਹਾਂ। ਸੋ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਪਈ, ਉਹ ਗੁਰੂ ਸਮਰੱਥ ਹੈ, ਉਹ ਸਰਬ ਕਲਾ ਸਮਰੱਥ ਹੈ, ਅਸੀਂ ਕਦੀ ਵੀ ਉਹਦੇ 'ਤੇ ਉਂਗਲ ਨਹੀਂ ਕਰ ਸਕਦੇ। ਪਰ ਜੋ ਮੈਂ ਆਪਣੇ ਮਨ ਵਿੱਚ ਸੋਚਦਿਆਂ ਵਿਚਾਰ ਆਉਂਦਾ ਕਿ ਇੱਕ ਸਭ ਤੋਂ ਵੱਡੀ ਉਹ ਲੋੜ ਸੀ ਕਿ ਜ਼ੁਲਮ ਦੇ ਵਿਰੁੱਧ ਖਲੋਣ ਦੀ ਲੋੜ ਸੀ। ਉਹ ਸਮਾਂ ਸੀ ਜਦੋਂ ਮੁਗਲਾਂ ਦੇ ਰਾਜ ਹੁੰਦੇ ਨੂੰ 400 ਜਾਂ 500 ਸਾਲ ਹੋ ਗਿਆ ਸੀ, ਔਰ ਸਾਡਾ ਸਮਾਜ ਵਰਨਾ ਵਿੱਚ ਵੰਡਿਆ ਹੋਇਆ ਸੀ, ਬਹੁਤ ਬੁਰੀ ਤਰ੍ਹਾਂ ਵਰਨਾ ਵਿੱਚ ਵੰਡਿਆ ਹੋਇਆ ਸੀ। ਵਰਨਾ ਵਿੱਚ ਵੰਡਣ ਕਰਕੇ ਕੋਈ ਵੀ ਜਿਹੜਾ ਬਾਹਰੋਂ ਆਉਂਦਾ ਸੀ ਬੜੇ ਆਰਾਮ ਨਾਲ ਜਿੱਤ ਸਕਦਾ ਸੀ, ਕਿਉਂਕਿ ਬਹੁਤ ਸਾਰੇ ਸਾਡੀ ਆਬਾਦੀ ਉਹ ਸੀ, ਸਾਡੀ ਪਾਪੂਲੇਸ਼ਨ ਉਹ ਸੀ ਜਿਨ੍ਹਾਂ ਨੂੰ ਕੋਈ ਅਧਿਕਾਰ ਹੀ ਨਹੀਂ ਸੀ। ਸੋ ਉਹ ਇਹ ਚੰਗਾ ਸਮਝਦੇ ਸੀ ਕਿ ਜੇ ਮੁਸਲਮਾਨ ਆਏ ਘੱਟੋ ਘੱਟ ਉਹ ਸਾਡੇ ਨਾਲ ਵਿਤਕਰਾ ਨਹੀਂ ਕਰਦੇ, ਇੱਥੇ ਸਾਨੂੰ ਕੀ ਫਰਕ ਪੈਂਦਾ। ਸੋ ਸਾਡਾ ਸਮਾਜ ਉਸ ਵਿਤਕਰਿਆਂ ਵਿੱਚ ਵੰਡਿਆ ਹੋਇਆ ਸੀ, ਸਾਡਾ ਮਨੋਬਲ ਜਿਹੜਾ ਸੀ ਉਹ ਖਤਮ ਹੋ ਚੁੱਕਾ ਸੀ। ਉਹ ਸਮਾਂ ਆਇਆ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇੱਥੇ ਸੀਸ ਦਿੱਤਾ, ਉਸ ਸੀਸ ਨੂੰ ਉਸ ਦੇਹ ਨੂੰ ਲੈਣ ਵਾਸਤੇ ਵੀ ਇੱਕ ਚੋਰੀ ਸਾਨੂੰ ਉਹ ਚੁੱਕਣਾ ਪਿਆ ਸਿੱਖਾਂ ਨੂੰ। ਇਹ ਹਾਲਤ ਉਸ ਵੇਲੇ ਦੇਸ਼ ਦੀ ਹੋ ਚੁੱਕੀ ਸੀ। ਸੋ ਜੇ ਆਪਾਂ ਦੇਖੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਮਰ ਸ਼ਾਇਦ ਉਦੋਂ 9-10 ਸਾਲ ਦੀ ਸੀ। ਸੋ ਸੱਚੇ ਪਾਤਸ਼ਾਹ ਕੋਲ ਦੋ ਹੀ ਚੀਜ਼ਾਂ ਸੀ, ਜਾਂ ਤਾਂ ਉਹ ਉਸ ਜ਼ਾਲਮ ਹਕੂਮਤ ਦੇ ਪਿੱਛੇ ਲੱਗ ਜਾਂਦੇ ਅਤੇ ਜਾਂ ਖੜ੍ਹੇ ਹੋ ਕੇ ਉਸ ਵੇਲੇ ਜੰਗ ਕਰਦੇ। ਸੋ ਇਹ ਗੁਰੂ ਉਹ ਪਰਮਾਤਮਾ ਗੁਰੂ ਦੇ ਰੂਪ ਵਿੱਚ ਆ ਕੇ ਹੀ ਫੈਸਲਾ ਕਰਦਾ ਹੈ ਕਿ ਇਹ ਕੀ ਕਰਨਾ ਹੈ। ਸੋ ਇਹ ਪਹਿਚਾਣ ਜੇ ਅਸੀਂ ਦੇਖੀਏ, ਇਸ ਪਹਿਚਾਣ ਦੇ ਪਿੱਛੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੈ।
ਇਸ ਪਹਿਚਾਣ ਦੇ ਪਿੱਛੇ ਉਹ ਮੁਗਲਾਂ ਦਾ ਰਾਜ ਹੈ ਜਿਹੜਾ ਬੜੇ ਚਿਰ ਤੋਂ ਸਾਡੇ 'ਤੇ ਜ਼ੁਲਮ ਕਰ ਰਿਹਾ ਸੀ, ਇਸ ਪਹਿਚਾਣ ਦੇ ਪਿੱਛੇ ਜਿਹੜਾ ਜਾਤਾਂ ਵਿੱਚ ਵੰਡਿਆ ਹੋਇਆ ਸਮਾਜ ਸੀ, ਜਿੱਥੇ ਜਾਤਾਂ ਦੇ ਨਾਂ 'ਤੇ ਜ਼ੁਲਮ ਹੋ ਰਹੇ ਸੀ, ਜਿੱਥੇ ਬਹੁਤ ਦੁਰ ਰੀਤੀਆਂ ਸਮਾਜ ਵਿੱਚ ਫੈਲ ਚੁੱਕੀਆਂ ਸੀ, ਉਹਨਾਂ ਚੀਜ਼ਾਂ ਨੂੰ ਖਤਮ ਕਰਨ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੁਹਾਨੂੰ ਇੱਕ ਵੱਖਰੀ ਪਹਿਚਾਣ ਦੇਣ ਦੀ ਲੋੜ ਸੀ। ਉਦੋਂ ਬੜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਗੱਲ ਬੜੇ ਰੋਹ ਵਿੱਚ ਕਹਿੰਦੇ ਨੇ, ਸ਼ਾਇਦ ਤੁਸੀਂ ਉਪਦੇਸ਼ ਸੁਣਿਆ ਹੋਵੇ, ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਹਥਿਆਰ ਲੈ ਕੇ ਆਓ, ਘੋੜੇ ਲੈ ਕੇ ਆਓ, ਅਤੇ ਜਿਹੜਾ ਮੇਰੇ ਦਰਬਾਰ ਵਿੱਚ ਖੁਆ ਕੇ ਆਏਗਾ, ਕੁੱਟ ਖਾ ਕੇ ਆਏਗਾ, ਉਹ ਮੇਰੇ ਦਰਬਾਰ ਵਿੱਚ ਨਾ ਆਵੇ। ਸੋ ਇਹ ਖਾਲਸੇ ਦੀ ਉਸ ਦਿਨ ਲੋੜ ਸੀ। ਮੈਂ ਤਾਂ ਇਹ ਸਮਝਦਾ ਕਿ ਮੁਗਲ ਰਾਜ ਨੂੰ ਖਤਮ ਕਰਨ ਦੀ ਸ਼ੁਰੂਆਤ ਕਰਨ ਵਾਲੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੀ। ਭਾਵੇਂ ਉਸ ਬਾਅਦ ਵਿੱਚ ਬੇਸ਼ੱਕ ਉਹ ਸੱਚੇ ਪਾਤਸ਼ਾਹ ਨੇ ਬੰਦੇ ਬਹਾਦਰ ਤੋਂ ਕਰਵਾਇਆ, ਉਹ ਆਪ ਵੀ ਕਰ ਸਕਦੇ ਸੀ। ਉਹ ਸ਼ਕਤੀ ਕਿਹਦੀ ਸੀ? ਉਹ ਬੰਦੇ ਬਹਾਦਰ ਦੀ ਸੀ। ਉਹ ਜਾ ਕੇ ਉਹਨੂੰ ਮਾਧੋ ਦਾਸ ਦੇ ਰੂਪ ਵਿੱਚ ਲੱਭਿਆ, ਉਹਨਾਂ ਕਿਸੇ ਨੂੰ ਲੱਭ ਕੇ ਉਹ ਕਿਸੇ ਤੋਂ ਵੀ ਕਰਵਾ ਸਕਦੇ ਸੀ, ਪਰ ਸਿਰ 'ਤੇ ਹੱਥ ਮੇਰੇ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ ਹੱਥ ਸੀ। ਸੋ ਉਹ ਖਾਲਸੇ ਦੀ ਸਾਜਨਾ ਕੀਤੀ, ਜਿੱਥੇ ਉਹ ਵਰਨਾ ਨੂੰ ਤੋੜ ਕੇ ਜੰਗ ਵਿੱਚ ਜੇ ਲੜੇ, ਸੱਚੇ ਪਾਤਸ਼ਾਹ ਦੇ ਸਾਰੇ ਵਰਨਾ ਨੂੰ ਤੋੜ ਕੇ ਲੜਾਇਆ, ਜੇ ਅੰਮ੍ਰਿਤ ਛਕਾਇਆ। ਮੈਂ ਇੱਕ ਇਹ ਵੀ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਅਸੀਂ ਨਾਮਧਾਰੀ ਇਹ ਗੱਲ ਨਹੀਂ ਮੰਨਦੇ ਕਿ ਸਾਡਾ ਸਤਿਗੁਰੂ ਝੂਠ ਬੋਲਦਾ, ਸਾਡਾ ਸਤਿਗੁਰੂ ਕਿਸੇ ਨੂੰ ਧੋਖਾ ਦਿੰਦਾ। ਉਹ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਸਿਰ ਲੈ ਕੇ ਵਾਪਸ ਜੋੜ ਕੇ ਉਹ ਇਹ ਵਰਨ ਆਸ਼ਰਮ ਜਿਹੜੇ ਸੀ ਉਹਨਾਂ ਨੂੰ ਤੋੜਿਆ। ਇਹ ਨਹੀਂ ਕਿ ਸੱਚੇ ਪਾਤਸ਼ਾਹ ਨੇ ਅੰਦਰ ਜਾ ਕੇ ਬੱਕਰੇ ਮਾਰੇ ਅਤੇ ਝੂਠ ਬੋਲਿਆ ਕਿ ਬਾਅਦ 'ਚ ਅਸੀਂ ਸਿੱਖਾਂ ਦੇ ਸਿਰ ਮੰਗ ਕੇ। ਅਸੀਂ ਇਸ ਗੱਲ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਮੇਰਾ ਸਤਿਗੁਰੂ ਝੂਠ ਨਹੀਂ ਬੋਲਦਾ। ਉਹ ਕਰਨ ਕਰਾਵਣ ਹਾਰ ਹੈ, ਉਹ ਮਾਰ ਕੇ ਜਿਵਾ ਸਕਦਾ। ਇਹੀ ਸਾਡੇ ਸਤਿਗੁਰੂ ਦਾ ਫਰਕ ਹੈ, ਕਿਉਂਕਿ ਉਹ ਪਰਮਾਤਮਾ ਦਾ ਰੂਪ ਹੈ, ਉਹਦੇ ਵਿੱਚ ਕੋਈ ਫਰਕ ਨਹੀਂ। ਸੋ ਸੱਚੇ ਪਾਤਸ਼ਾਹ ਨੇ ਇੱਕ ਵੱਖਰਾ ਖਾਲਸਾ ਸਾਜ ਕੇ ਤੁਹਾਨੂੰ ਇੱਕ ਵੱਖਰੀ ਪਛਾਣ ਦਿੱਤੀ। ਉਹ ਪਛਾਣ ਦੀ ਉਸ ਵੇਲੇ ਜ਼ਰੂਰਤ ਸੀ, ਇਹਨਾਂ ਚੀਜ਼ਾਂ ਕਰਕੇ ਇਸ ਇੱਕ ਪਹਿਚਾਣ ਦੀ ਜ਼ਰੂਰਤ ਸੀ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਬਹੁੜ ਤੀਸਰਾ ਪੰਥ ਕੀਜਾ ਪ੍ਰਧਾਨੀ, ਕਿਤੇ ਵੀ ਹੋਰ ਕਿਸੇ ਬਾਣੀ ਵਿੱਚ ਨਹੀਂ ਆਇਆ, ਪਰ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਉਗੜਦੰਤੀ ਵਿੱਚ ਸੱਚੇ ਪਾਤਸ਼ਾਹ ਇਹ ਵੀ ਹੁਕਮ ਕਰਦੇ ਨੇ, ਉਹ ਇਸ ਕਰਕੇ ਸੀ। ਸੋ ਆਪਾਂ ਇਹ ਗੱਲ ਕਰਦਿਆਂ ਹੋਇਆਂ ਅਸੀਂ ਇਸ ਗੱਲ ਦਾ ਮਾਣ ਕਰਦੇ ਹਾਂ। ਸੋ ਮੈਂ ਇਹ ਅਰਜ਼ ਕਰਦਾ ਕਿ ਇਸ ਸਿੱਖੀ ਸਰੂਪ ਦਾ, ਅੱਜ ਆਪਾਂ ਵਿਸਾਖੀ 'ਤੇ ਗੱਲ ਕਰਦੇ ਹਾਂ, ਇਹ ਸਿੱਖੀ ਸਰੂਪ ਦਾ ਮਾਣ ਕਰਿਆ ਕਰੋ, ਤੁਹਾਡੇ ਬੱਚਿਆਂ ਨੂੰ ਇਹ ਦੱਸਿਆ ਕਰੋ ਕਿ ਕਿਸ ਰੂਪ ਵਿੱਚ ਸੱਚੇ ਪਾਤਸ਼ਾਹ ਨੇ ਇਹ ਖਾਲਸਾ ਸਾਜਿਆ। ਕਦੀ ਇਸ ਗੱਲ ਦੀ ਸਾਨੂੰ ਸੰਗ ਨਾ ਆਵੇ ਕਿ ਸਾਨੂੰ ਕੋਈ ਕੀ ਆਖੇਗਾ ਕਿ ਤੂੰ ਕੇਸ ਰੱਖੇ ਨੇ, ਤੂੰ ਦਾੜਾ ਰੱਖਿਆ। ਇਸ ਪਿੱਛੇ ਬੜਾ ਇਤਿਹਾਸ ਹੈ। ਇਹ ਵੀ ਯਾਦ ਕਰਾ ਦਿਆ ਕਰੋ ਕਿ ਇਸ ਪਿੱਛੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਸਾਹਿਬਜ਼ਾਦੇ ਵਾਰੇ ਨੇ। ਇਸ ਪਿੱਛੇ ਸਾਡੇ ਮਾਤਾ ਜੀ ਦਾ, ਸੱਚੇ ਪਾਤਸ਼ਾਹ ਦੇ ਮਾਤਾ ਜੀ ਨੇ ਸ਼ਹੀਦੀ ਦਿੱਤੀ। ਇਸ ਪਿੱਛੇ ਗੁਰੂ ਤੇਗ, ਇਸ ਜ਼ੁਲਮ ਪਿੱਛੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ। ਸੋ ਅਸੀਂ ਇਸ ਸਰੂਪ ਨੂੰ ਇੱਕ ਮਾਣ ਨਾਲ ਜਿਉਣਾ ਹੈ, ਕਿਉਂਕਿ ਇਹ ਸਰੂਪ ਦਿੱਤਾ ਗਿਆ ਇੱਕ ਅਨਿਆਂ ਦੇ ਵਿਰੁੱਧ ਲੜਨ ਵਾਸਤੇ, ਸਰੂਪ ਦਿੱਤਾ ਗਿਆ ਪਖੰਡਾਂ ਨੂੰ ਤੋੜਨ ਵਾਸਤੇ, ਇਹ ਸਰੂਪ ਦਿੱਤਾ ਗਿਆ। ਸੋ ਇੱਕ ਤਾਂ ਮੈਂ ਇਹ ਅਰਜ਼ ਬੇਨਤੀ ਕਰਦਾ ਕਿ ਇਹ ਵਿਸਾਖੀ ਦਾ ਦਿਨ ਆਪਾਂ ਮਨਾ ਲੈਂਦੇ ਹਾਂ। ਜਿਹਨੇ ਕਿਸੇ ਨੇ ਗਲਤੀ ਕੀਤੀ ਹੋਵੇ, ਤੁਸੀਂ ਤੁਹਾਡਾ ਸਿੱਖੀ ਸਰੂਪ ਮੈਨੂੰ ਇੱਥੇ ਬੈਠ ਕੇ ਸਾਬਤ ਸਰੂਪ ਬੜਾ ਚੰਗਾ ਲੱਗਦਾ ਦੇਖਣ ਨੂੰ, ਤੁਸੀਂ ਨੌਜਵਾਨ ਬੜੇ ਉਤਸ਼ਾਹ ਨਾਲ ਇੱਥੇ ਆਉਂਦੇ ਹੋ, ਤੁਹਾਡੇ ਵਿੱਚ ਇੱਕ ਮੋਟੀਵੇਸ਼ਨ ਹੈ। ਸੋ ਸੱਚੇ ਪਾਤਸ਼ਾਹ ਸਾਡੇ 'ਤੇ ਦੋ ਕਿਰਪਾ ਕਰਨ, ਦੋ ਆਪਾਂ ਮੰਗਦੇ ਹਾਂ। ਇੱਕ ਤੁਹਾਡੀ ਪਛਾਣ ਇਹ ਹੋਵੇ
ਜੋ ਸਾਨੂੰ ਦਸਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਪਛਾਣ ਸਾਨੂੰ ਦਿੱਤੀ ਹੈ। ਉਸ ਤੋਂ ਬਾਅਦ ਉਹੀ ਕਿਰਪਾ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕੀਤੀ। ਸਾਡਾ ਆਚਰਣ ਇਹ ਹੋਵੇ ਕਿ ਸੱਚ ਪਾਤਸ਼ਾਹ ਨੇ ਸਾਨੂੰ ਸੇਵਾ ਦਿੱਤੀ ਹੈ, ਅਸੀਂ ਕਿਸੇ ਲੋੜਵੰਦ ਦੀ ਸੇਵਾ ਕਰੀਏ, ਅਸੀਂ ਜਿਹੜਾ ਕੋਈ ਗਰੀਬ ਹੈ ਅਸੀਂ ਉਹਦੀ ਸੇਵਾ ਕਰੀਏ, ਸੇਵਾ ਕਰਕੇ ਅਸੀਂ ਆਪਣਾ ਆਪ ਨਾ ਜੁੜਾਈਏ, ਆਪਣਾ ਆਪ ਨਾ ਅਸੀਂ ਦਿਖਾਈਏ ਕਿ ਅਸੀਂ ਸੇਵਾ ਕੀਤੀ ਹੈ। ਇਹ ਤਾਂ ਉਸ ਅਕਾਲ ਪੁਰਖ ਦੀ, ਉਸ ਪਰਮਾਤਮਾ ਦੀ, ਉਸ ਸਤਿਗੁਰੂ ਦੀ ਕਿਰਪਾ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ। ਜੇ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਧੰਨ ਭਾਗ ਸਮਝੀਏ। ਇਹ ਬੜੀ ਵੱਡੀ ਚੀਜ਼ ਹੈ ਕਿ ਇੱਕ ਸੇਵਾ ਸਿੱਖੀ ਵਿੱਚ ਸੱਚ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਉਹ ਸੇਵਾ ਸਾਡੇ ਤੋਂ ਕਦੀ ਖੁੰਝ ਨਾ ਜਾਵੇ। ਇੱਥੇ ਤੁਹਾਡੇ ਵਿੱਚ ਮੇਰਾ ਨਾਂ ਲੈਣ ਨੂੰ ਜੀ ਕਰਦਾ, ਸੰਤ ਸਾਧਾ ਸਿੰਘ ਹੁਣੀ ਕਿੰਨੇ ਸਾਲ ਹੋ ਗਏ ਨੇ ਸੇਵਾ ਕਰਦੇ ਨੇ ਅਤੇ ਨਾਲ ਕਰਾਉਂਦੇ ਨੇ। ਉਹ ਕਿਸੇ ਲੋੜ ਵਾਸਤੇ ਨਹੀਂ ਕਰਾਉਂਦੇ, ਆਪਣੇ ਆਪ ਨੂੰ ਜਣਾਉਂਦੇ ਨਹੀਂ। ਇਹ ਵੀ ਨਹੀਂ ਕਿ ਮੈਂ ਅੱਗੇ ਆ ਕੇ ਸਟੇਜ 'ਤੇ ਬੈਠਾ। ਜਦੋਂ ਤੁਸੀਂ ਸੇਵਾ ਹੱਥੀਂ ਕਰਦੇ ਹੋ, ਉਹ ਮੇਰਾ ਮਾਲਕ ਵੇਖਣ ਵਾਲਾ ਹਰ ਥਾਂ ਹੈ, ਤੁਹਾਨੂੰ ਕਿਸੇ ਨੂੰ ਵਿਖਾਉਣ ਦੀ ਲੋੜ ਨਹੀਂ। ਜਿਨ੍ਹਾਂ ਨੂੰ ਅਸੀਂ ਵਿਖਾਉਣਾ ਉਹਨਾਂ ਨੇ ਨਾ ਤੁਹਾਡੇ ਨਾਲ ਅੱਜ ਰਹਿਣਾ ਨਾ ਕੱਲ੍ਹ ਰਹਿਣਾ, ਉਹਨਾਂ ਨੇ ਇੱਥੇ ਹੀ ਸਾਥ ਛੱਡ ਜਾਣਾ, ਅੱਗੇ ਵੀ ਨਹੀਂ ਜਾਣਾ। ਅਸੀਂ ਵਿਖਾਉਣਾ ਕਿਹਨੂੰ ਹੈ? ਜਿਹੜਾ ਇੱਥੇ ਵੀ ਮੇਰੇ ਨਾਲ ਹੈ ਅਤੇ ਅੱਗੇ ਵੀ ਮੇਰੇ ਨਾਲ ਹੈ, ਅਸੀਂ ਉਹਨੂੰ ਵਿਖਾਉਣਾ। ਸੋ ਅਸੀਂ ਆਪਣੀ ਸੰਤੁਸ਼ਟੀ ਵਾਸਤੇ ਕਰਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਅਸੀਂ ਆਪਣੀ ਸੰਤੁਸ਼ਟੀ ਵਾਸਤੇ ਕਰਦੇ ਹਾਂ। ਸੋ ਅਰਜ ਬੇਨਤੀ ਹੈ ਕਿ ਅਸੀਂ ਇੱਕ ਉਸ ਸਮਾਜ ਦੀ ਸਿਰਜਣਾ ਕਰਨੀ ਹੈ ਜਿੱਥੇ ਕਿਸੇ ਨਾਲ ਧੱਕਾ ਨਾ ਹੋਵੇ, ਜਿੱਥੇ ਕਿਸੇ ਨਾਲ ਜ਼ਬਰਦਸਤੀ ਨਾ ਹੋਵੇ। ਬੜਾ ਪਿਆਰਾ ਬਚਨ ਹੈ ਇੱਕ ਮੇਰੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ। ਜੇ ਅਸੀਂ ਉਸ ਬਚਨ 'ਤੇ ਚੱਲਦੇ ਹਾਂ ਤਾਂ ਸਾਡੇ ਸਾਰੇ ਹੀ ਰੌਲਾ ਮੁੱਕ ਜਾਂਦੇ ਨੇ। ਸੱਚ ਪਾਤਸ਼ਾਹ ਹੁਕਮ ਕਰਦੇ ਨੇ ਆਪਣੇ ਹੱਕ ਦਾ ਥੋੜ੍ਹਾ ਜਿਹਾ ਤਿਆਗ ਕਰ ਦਿਓ, ਕਿਸੇ ਦੀ ਹੱਕ ਦੀ ਰੱਖਿਆ ਕਰ ਲਓ। ਕਿੰਨਾ ਕਿੰਨਾ ਪਿਆਰਾ ਬਚਨ ਹੈ ਸੱਚ ਪਾਤਸ਼ਾਹ ਦਾ, ਜੇ ਅਸੀਂ ਉਹਦੇ 'ਤੇ ਚੱਲ ਸਕੀਏ। ਸੋ ਤੁਹਾਨੂੰ ਸਾਰਿਆਂ ਨੂੰ ਇਸ ਸਮੇਂ ਦੀ ਇਹ ਅਰਜ ਬੇਨਤੀ ਕਰਦਾ, ਇੱਕ ਵਾਰੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਸਾਰੇ ਬੜੇ ਪਿਆਰ ਨਾਲ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਤੁਹਾਨੂੰ ਗੁਰਬਾਣੀ ਨਾਲ ਜੋੜਿਆ। ਜੇ ਅਸੀਂ ਕਹੀਏ ਭਾਵੇਂ ਕੋਈ ਕੁਛ ਆਖੀ ਜਾਵੇ ਕਿ ਨਾਮਧਾਰੀ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ, ਪਰ ਜਿਸ ਢੰਗ ਨਾਲ ਤੁਹਾਨੂੰ ਸੱਚ ਪਾਤਸ਼ਾਹ ਨੇ ਗੁਰਬਾਣੀ ਨਾਲ ਜੋੜਿਆ, ਇਸ ਢੰਗ ਨਾਲ ਹੋਰ ਕਿਸੇ ਨੇ ਗੁਰਬਾਣੀ ਨਾਲ ਜੋੜਿਆ ਹੀ ਨਹੀਂ। ਅੱਜ ਜੋ ਸਿੱਖੀ ਪ੍ਰਚਲਿਤ ਹੈ ਉਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਕਿਰਪਾ। ਸੋ ਮੈਂ ਅਰਜ ਬੇਨਤੀ ਇਹ ਕਰ ਰਿਹਾ ਕਿ ਗੁਰਬਾਣੀ ਨਾਲ ਜੁੜੋ, ਕਿਉਂਕਿ ਜਦੋਂ ਅਸੀਂ ਗੁਰਬਾਣੀ ਨਾਲ ਜੁੜਾਂਗੇ ਸਾਡੇ ਅੰਦਰੋਂ ਈਰਖਾ ਮੁੱਕ ਜਾਏਗੀ, ਸਾਡੇ ਅੰਦਰੋਂ ਦੁਵੇਸ਼ ਮੁੱਕ ਜਾਏਗੀ। ਮੈਂ ਅੱਗੇ ਵੀ ਅਰਜ ਬੇਨਤੀ ਕਰਦਾ ਹੁੰਦਾ, ਇੱਕ ਤਾਂ ਆਪਾਂ ਗੁਰਬਾਣੀ ਦਾ ਪਾਠ ਸਿੱਖੀਏ, ਕੋਈ ਵੀ ਨੌਜਵਾਨ ਨਾ ਰਹੇ। ਇੱਥੇ ਪਿੱਛੇ ਜੇ ਨਿਸ਼ਾਨ ਸਿੰਘ ਨੇ ਬੜਾ ਉੱਦਮ ਕੀਤਾ ਸੀ, ਆਪਣੇ ਗੁਰਦੁਆਰਿਆਂ ਵਿੱਚ ਗੁਰਬਾਣੀ ਸਿਖਾਉਂਦੇ ਸੀ। ਸੋ ਸਾਰੇ ਬੱਚੇ ਗੁਰਬਾਣੀ ਪੜ੍ਹੋ, ਗੁਰਬਾਣੀ ਪੜ੍ਹਨੀ ਆਉਂਦੀ ਹੋਵੇ ਫਿਰ ਗੁਰਬਾਣੀ ਦਾ ਤੁਹਾਨੂੰ ਅਰਥ ਆਉਂਦਾ ਹੋਵੇ, ਕਿਉਂਕਿ ਜਦੋਂ ਗੁਰਬਾਣੀ ਦਾ ਅਰਥ ਆ ਜਾਏਗਾ ਫਿਰ ਇਹ ਭੇਦ ਭਾਵ ਮੁੱਕ ਜਾਣਗੇ। ਫਿਰ ਇਹ ਭੁਲੇਖਾ ਰਹਿ ਜਾਏਗਾ ਕਿ ਮੁਸਲਮਾਨ ਮਾੜੇ ਨੇ ਕਿ ਹਿੰਦੂ ਚੰਗੇ ਨੇ, ਕਿ ਹਿੰਦੂ ਮਾੜੇ ਨੇ ਮੁਸਲਮਾਨ, ਫਿਰ ਇਹ ਭੇਦ ਭਾਵ ਹੀ ਮੁੱਕ ਜਾਣਗੇ। ਅਸੀਂ ਉਹ ਇੱਕ ਨਿਰੰਕਾਰ ਦੀ ਪੂਜਾ ਕਰਨ ਵਾਲੇ ਹਾਂ, ਸਾਨੂੰ ਸੱਚ ਪਾਤਸ਼ਾਹ ਨੇ ਇੱਕ ਨਿਰੰਕਾਰ ਨਾਲ ਜੋੜਿਆ, ਅਸੀਂ ਉਹ ਭੇਦ ਭਾਵਾਂ ਤੋਂ ਉੱਪਰ ਹਾਂ। ਸੋ ਅਸੀਂ ਜਦੋਂ ਗੁਰਬਾਣੀ ਨਾਲ ਜੁੜਦੇ ਹਾਂ, ਬੜਾ ਪਿਆਰਾ ਹੁਕਮ ਇੱਕ ਫਿਰ ਸਤਿਗੁਰੂ ਜਗਜੀਤ ਸਿੰਘ ਦਾ ਯਾਦ ਕਰਨ ਨੂੰ ਜੀ ਕਰਦਾ। ਸੱਚ ਪਾਤਸ਼ਾਹ ਹੁਕਮ ਕਰਦੇ ਸੀ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਨਾ ਰੱਖ ਲਓ। ਇੱਕ ਮਾਈਲ ਸਟੋਨ 'ਤੇ ਲਿਖਿਆ ਹੋਇਆ ਕਿ ਇਹ ਚੰਡੀਗੜ੍ਹ ਨੂੰ ਰਸਤਾ ਜਾਂਦਾ, ਦਿੱਲੀ ਨੂੰ ਜਾਂਦਾ, ਉਸ ਮਾਈਲ ਸਟੋਨ ਨੂੰ ਜੱਫੀ ਪਾ ਕੇ ਨਾ ਬੈਠ ਜਾਓ, ਉਸ ਰਸਤੇ 'ਤੇ ਆਪਾਂ ਤੁਰੀਏ। ਗੁਰਬਾਣੀ ਸਾਨੂੰ ਕਿੱਥੇ ਲਾਉਂਦੀ ਹੈ, ਗੁਰਬਾਣੀ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ, ਸੋ ਸਮਝ ਕੇ ਅਸੀਂ ਉਸ ਰਸਤੇ 'ਤੇ ਤੁਰੀਏ। ਆਪ ਜੀ ਸਾਰੇ ਹੀ ਅੱਜ ਕੱਲ੍ਹ ਸਾਰਿਆਂ ਕੋਲ ਸਮਾਰਟਫੋਨ ਨੇ, ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਟਾਈਮ ਲਾਉਂਦੇ ਹੋ। ਅੱਜ ਕੱਲ੍ਹ ਨਿਊਜ਼ ਵੀ ਆਪਾਂ ਜੇ ਆਪਾਂ ਬਹੁਤ ਦੇਖੀਏ ਉਹਦੇ ਜ਼ਿਆਦਾ ਈਰਖਾ ਹੀ ਹੁੰਦੀ ਹੈ ਕਿ ਇਹਨੇ ਕੀ ਕਰ ਦਿੱਤਾ, ਆਪਾਂ ਉਹਦੇ 'ਤੇ ਵੀ ਬਹੁਤ ਟਾਈਮ ਲਾਉਂਦੇ ਹਾਂ।
ਕਿ ਆਪਾਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੇ ਵਾਸਤੇ ਨਹੀਂ ਕਰ ਸਕਦੇ, ਆਪਾਂ ਆਪਣੇ ਵਾਸਤੇ ਕੀ ਕਰਨਾ, ਆਪਣੇ ਵਾਸਤੇ ਆਪਾਂ ਗੁਰਬਾਣੀ ਨਾਲ ਜੁੜਨਾ, ਨਾਮ ਨਾਲ ਜੁੜਨਾ। ਜਦੋਂ ਸਾਡੇ ਅੰਦਰੋਂ ਈਰਖਾ ਦੁਐਸ਼ ਖਤਮ ਹੋਏਗੀ ਤਾਂ ਹੀ ਸਾਡੇ ਅੰਦਰ ਪਰਮਾਤਮਾ ਦਾ ਵਾਸਾ ਹੋਏਗਾ, ਤਾਂ ਹੀ ਸਾਡਾ ਮਨ ਸ਼ੁੱਧ ਹੋਏਗਾ, ਤਾਂ ਹੀ ਸਾਡੇ ਮਨ ਦੇ ਅੰਦਰ ਆਨੰਦ ਹੋਏਗਾ। ਜਿੰਨਾ ਚਿਰ ਸਾਡੇ ਅੰਦਰ ਹੋਰ ਵਿਚਾਰ ਚੱਲੀ ਜਾਂਦੇ ਨੇ, ਕੋਈ ਪਾਸਟ ਦਾ, ਕੋਈ ਫਿਊਚਰ ਦਾ, ਕਦੇ ਕਿਸੇ ਵਾਸਤੇ ਈਰਖਾ ਦੁਐਸ਼ ਚੱਲੀ ਜਾਂਦੀ ਹੈ, ਉਹਨਾਂ ਚਿਰ ਸਾਡੇ ਮਨ ਨੂੰ ਆਨੰਦ ਕਦੀ ਆ ਹੀ ਨਹੀਂ ਸਕਦਾ। ਸੋ ਕੋਸ਼ਿਸ਼ ਕਰੋ, ਆਪਾਂ ਸਾਰੇ ਸੁੱਖ ਲੈਣਾ ਚਾਹੁੰਦੇ ਹਾਂ, ਸੋ ਉਹ ਸੁੱਖ ਨਾਲ ਜੁੜਨ ਵਾਸਤੇ ਕੁਛ ਚਿਰ ਨਾਮ ਨਾਲ ਜੁੜੋ, ਕੁਛ ਚਿਰ ਗੁਰਬਾਣੀ ਨਾਲ ਜੁੜੋ, ਸੱਚ ਪਾਤਸ਼ਾਹ ਕੋ ਅਰਦਾਸ ਕਰੋ, ਬਖਸ਼ਿਸ਼ ਮੰਗੋ। ਜਦੋਂ ਅਸੀਂ ਬਖਸ਼ਿਸ਼ ਮੰਗਾਂਗੇ, ਸੱਚ ਪਾਤਸ਼ਾਹ ਤੇਰੇ ਹਾਂ, ਕਿਰਪਾ ਕਰ, ਤੇਰੇ ਹੁਕਮ 'ਤੇ ਚੱਲ ਸਕੀਏ, ਪਾਤਸ਼ਾਹ ਕਿਰਪਾ ਕਰ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਮੇਰੇ ਅੰਦਰ ਈਰਖਾ ਦੁਐਸ਼ ਰਵੇ ਹੀ ਨਾ। ਜਦੋਂ ਅਸੀਂ ਮੰਗਾਂਗੇ ਕਿ ਸਾਡੇ ਆਪਣੇ ਮਨ ਨੂੰ ਸੁੱਖ ਨਹੀਂ ਹੋਏਗਾ, ਸਾਡੇ ਆਪਣੇ ਮਨ ਨੂੰ ਵੀ ਸੁੱਖ ਹੋਏਗਾ। ਸੋ ਸੱਚ ਪਾਤਸ਼ਾਹ ਇਹ ਕਿਰਪਾ ਕਰਨ, ਗੁਰੂ ਗੋਬਿੰਦ ਸਿੰਘ, ਸਤਿਗੁਰੂ ਰਾਮ ਸਿੰਘ, ਸੱਚੇ ਪਾਤਸ਼ਾਹ, ਤੇਰੇ ਚਰਨਾਂ ਵਿੱਚ ਇਹ ਅਰਦਾਸ ਹੈ, ਬਖਸ਼ਿਸ਼ ਕਰ, ਤੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ, ਉਸ ਪਹਿਚਾਣ ਵਾਸਤੇ ਸਾਨੂੰ ਇੱਕ ਆਚਰਣ ਵੀ ਦੇ, ਅਸੀਂ ਉਹ ਸੱਚ 'ਤੇ ਚੱਲ ਸਕੀਏ, ਅਸੀਂ ਉਹ ਸੱਚ ਨਾਲ ਜੁੜ ਸਕੀਏ। ਇੰਨੀ ਅਰਜ਼ ਕਰਕੇ ਤੁਹਾਡੇ ਸਾਰਿਆਂ ਤੋਂ ਆਗਿਆ ਲੈਣਾ। ਸਤਿ ਸ਼੍ਰੀ ਅਕਾਲ।